भारत विच चोणां विश्व दी सब तो वड्डी प्रबंधकी कारवाई है। पिछले 6 दहाकियां दौरान चोण प्रक्रिया असाधारण रूप विच विकसित हुई है अते इस पूरी प्रक्रिया विच बहुत ज्यादा गतिविधियां दर्ज होईयां हन, जिस दे फलस्वरूप मैदानी पद्धर ते चोण मशीनरी दा बोझ वध रहा है। लोक सभा चोणां होण जां विधान सभा चोणां, रिटर्निंग अफसर एक सब तो महत्वपूर्ण चोण अधिकारी हुंदा है, जो कि सही उम्मीदवार नूं चुनण लई पूरी तरह जिम्मेवार हुंदा है। विधानसभा हलके विच निरपक्ष अते पारदर्शिता नाल चोण प्रक्रिया नूं मुकम्मल करन दी जिम्मेवारी एक रिटर्निंग अफसर दे मोढ़ियां ते ही हुंदी है। मुख चोण अफसर अते जिला चोण अफसर दीआं निगरानियां विच काम करन वाले रिटर्निंग अफसर दीआं निगरानियां हेठ अग्गे कई चोण अधिकारी अते टीमां काम करदीआं हन, जिन्हां विच सुपरवाइजर, FST, MCC आदि शामिल हुंदीआं हन। इस तों इलावा कई विभागां, पुलिस अते आमदन कर विभाग आदि नाल राबता रखना पैंदा है। ਇਹ ਸਭ ਨੂੰ ਮੋਨੀਟਰ ਕਰਨ ਦੇ ਨਾਲ ਨਾਲ ਵੱਖ ਵੱਖ ਗਤੀਵਿਧੀਆਂ ਬਾਰੇ ਰੋਜ਼ਾਨਾ ਸਮੇਂ ਸਮੇਂ ਤੇ ਰਿਪੋਰਟਿੰਗ ਕਰਨੀ ਵੀ ਰਿਟਰਨਿੰਗ ਅਫਸਰ ਲਈ ਇੱਕ ਚੁਣੌਤੀ ਦੀ ਤਰ੍ਹਾਂ ਹੁੰਦਾ ਹੈ। ਹੁਣ ਤੱਕ ਇਹਨਾਂ ਸਾਰੇ ਕੰਮਾਂ ਨੂੰ ਮੈਨੂਅਲ ਤਰੀਕੇ ਨਾਲ ਕੀਤਾ ਜਾਂਦਾ ਰਿਹਾ ਹੈ, ਜਿਸ ਵਿੱਚ ਬਹੁਤ ਸਮਾਂ ਅਤੇ ਦੇਰੀ ਲੱਗਦੀ ਸੀ। ਪੋਲਿੰਗ ਸਟਾਫ ਵੱਲੋਂ ਰਿਪੋਰਟਿੰਗ ਦੇ ਮੈਨੂਅਲ ਤਰੀਕੇ ਕਾਰਨ ਅਕਸਰ ਰਿਟਰਨਿੰਗ ਅਫਸਰ ਨੂੰ ਸਮੇਂ ਸਿਰ ਕਾਰਵਾਈ ਕਰਨ ਵਿੱਚ ਦੇਰੀ ਹੋ ਜਾਂਦੀ ਹੈ। ਆਰੋਨੈੱਟ ਭਾਰਤੀ ਚੋਣ ਕਮਿਸ਼ਨ ਵੱਲੋਂ ਤਿਆਰ ਕਰਵਾਈ ਗਈ ਵੈੱਬ ਅਤੇ ਮੋਬਾਈਲ ਐਪਲੀਕੇਸ਼ਨ ਹੈ, ਜੋ ਕਿ ਪੰਜਾਬ ਵਿਧਾਨ ਸਭਾ ਚੋਣਾਂ 2017 ਦੌਰਾਨ ਇਹਨਾਂ ਮੁਸ਼ਕਲਾਂ ਦਾ ਹੱਲ ਕੱਢੇਗੀ। ਇੱਕ ਰਿਟਰਨਿੰਗ ਅਫਸਰ ਦਾ ਕੰਮ ਚੋਣਾਂ ਦੇ ਰਸਮੀ ਐਲਾਨ ਤੋਂ ਕਾਫੀ ਸਮਾਂ ਪਹਿਲਾਂ ਸ਼ੁਰੂ ਹੋ ਜਾਂਦਾ ਹੈ ਅਤੇ ਇਹ ਅੰਤਿਮ ਨਤੀਜੇ ਦੀ ਘੋਸ਼ਣਾ ਤੋਂ ਬਾਅਦ ਵੀ ਜਾਰੀ ਰਹਿੰਦਾ ਹੈ। ਫਿਰ ਵੀ ਪ੍ਰਮੁੱਖ ਗਤੀਵਿਧੀਆਂ ਆਦਰਸ਼ ਚੋਣ ਜ਼ਾਬਤੇ ਦੇ ਲਾਗੂ ਹੋਣ ਨਾਲ ਹੀ ਸ਼ੁਰੂ ਹੁੰਦੀਆਂ ਹਨ। ਰਿਟਰਨਿੰਗ ਅਫਸਰ ਦੀ ਭੂਮਿਕਾ ਅਤੇ ਜ਼ਿੰਮੇਵਾਰੀਆਂ, ਪੋਲਿੰਗ ਸਟੇਸ਼ਨਾਂ ਦੀ ਪਛਾਣ ਅਤੇ ਉਹਨਾਂ ਦਾ ਸੰਵੇਦਨਸ਼ੀਲ ਅਤੇ ਸੰਵੇਦਨਸ਼ੀਲ ਆਦਿ ਵਰਗੀਕਰਨ, ਪੋਲਿੰਗ ਸਟੇਸ਼ਨ ਤੇ ਜ਼ਰੂਰੀ ਬੁਨਿਆਦੀ ਸਹੂਲਤਾਂ ਦਾ ਪ੍ਰਬੰਧ ਕਰਨਾ, ਸੰਚਾਰ ਅਤੇ ਰੂਟ ਪਲਾਨ ਤਿਆਰ ਕਰਨਾ, ਪੋਲਿੰਗ ਸਟਾਫ ਦੀ ਚੋਣ ਸਿਖਲਾਈ ਕਰਵਾਉਣੀ, ਨਾਮਜ਼ਦਗੀਆਂ, ਸਰਵਿਸ ਵੋਟਰਾਂ ਨੂੰ ਜਾਰੀ ਪੋਸਟਲ ਬੈਲਟ ਪੇਪਰਾਂ ਦਾ ਲਗਾਤਾਰ ਪਿੱਛਾ ਕਰਨਾ, ਆਦਰਸ਼ ਚੋਣ ਜ਼ਾਬਤੇ ਨੂੰ ਲਾਗੂ ਕਰਨਾ, FST, VST ਆਦਿ ਦੀ ਰਿਪੋਰਟਿੰਗ, ਉਮੀਦਵਾਰਾਂ ਦੇ ਚੋਣ ਖਰਚਿਆਂ ਤੇ ਧਿਆਨ ਰੱਖਣਾ, ਪੋਲਿੰਗ ਪਾਰਟੀਆਂ ਨੂੰ ਭੇਜਣਾ ਅਤੇ ਪੋਲਿੰਗ ਸਮੱਗਰੀ ਦੀ ਵੰਡ, ਚੋਣ ਵਾਲੇ ਦਿਨ ਮੋਨੀਟਰਿੰਗ। ਆਰੋਨੈੱਟ ਰਿਟਰਨਿੰਗ ਅਫਸਰ ਦੇ ਕੰਮਕਾਰ ਵਿੱਚ ਕੁਸ਼ਲਤਾ ਅਤੇ ਪ੍ਰਭਾਵ ਦਾ ਵਿਸਤਾਰ ਕਰੇਗਾ, ਜਿਵੇਂ ਕਿ ਰਿਪੋਰਟਿੰਗ ਸਮੇਂ ਵਿੱਚ ਕਮੀ ਆਵੇਗੀ, ਸਮੇਂ ਸਮੇਂ ਤੇ ਨੋਟੀਫਿਕੇਸ਼ਨ ਅਤੇ ਰਿਮਾਈਂਡਰ ਮਿਲਣਗੇ। ਰਿਟਰਨਿੰਗ ਅਫਸਰ ਬੂਥ ਵਾਈਜ਼ ਗਤੀਵਿਧੀਆਂ ਨੂੰ ਮੋਨੀਟਰ ਕਰ ਸਕੇਗਾ। ਹੰਗਾਮੀ ਹਾਲਤ ਜਿਵੇਂ ਕਿ ਬਿਜਲੀ ਮਸ਼ੀਨਾਂ ਵਿੱਚ ਖਰਾਬੀ, ਅਮਨ ਕਾਨੂੰਨ ਦੀ ਸਥਿਤੀ ਵਗੈਰਾ ਵਿੱਚ ਰਿਟਰਨਿੰਗ ਅਫਸਰ ਸਮੇਂ ਸਿਰ ਕਾਰਵਾਈ ਕਰ ਸਕੇਗਾ। ਰਿਪੋਰਟਾਂ ਕੱਟ ਅਤੇ ਸਹੀ ਸਮੇਂ ਵਿੱਚ ਤਿਆਰ ਹੋ ਸਕਣਗੀਆਂ। ਭਾਰਤੀ ਚੋਣ ਕਮਿਸ਼ਨ, ਮੁੱਖ ਚੋਣ ਕਮਿਸ਼ਨ ਅਤੇ ਜ਼ਿਲ੍ਹਾ ਚੋਣ ਅਫਸਰ ਹਲਕਾ ਪੱਧਰ ਤੇ ਹਰ ਤਰ੍ਹਾਂ ਦੀ ਨਿਗਰਾਨੀ ਰੱਖ ਸਕਣਗੇ ਅਤੇ ਹਰ ਸਮੇਂ ਦੀ ਰਿਪੋਰਟ ਪ੍ਰਾਪਤ ਕਰ ਸਕਣਗੇ। ਆਰੋਨੈੱਟ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਵੱਲੋਂ ਭਾਰਤੀ ਚੋਣ ਕਮਿਸ਼ਨ ਲਈ ਤਿਆਰ ਕਰਵਾਇਆ ਗਿਆ ਹੈ, ਜਿਸ ਨੂੰ 01 ਸਾਇਨਰਜੀ ਨੇ ਤਿਆਰ ਕੀਤਾ ਹੈ।